मजबूर होइये इन्हें गरीब फैमिली ने ना अज शिप टाइम की टीम कन्नै कंटैक्ट किया और असें भी अपनी पूरी भूमिका निभाई और इंदा अज गलबात करने आए। अच्छा केह गलबात है महाराज, पहले अपना नाम सुनावा भला। बिशनदाल सर। अच्छा अज तुसें केह जरूरत पेगी जिहड़ा ओह मीडिया सहारा लेता जिहड़ा? सर जी मैं रसोई बनाई, एक गरीब बंदा, एक 2 लाख मेरा खर्चा होइया होई चुक्या इहदे उप्पर, और जियां जियां मिस्त्रियां दस्सिया सी ओही कम कीता, लोकल बंदे लाए सी, इह नहीं अज बाहर दे बंदे लाए सी। ते 23 दिन दे बाद शटरिंग खोली है, ते उहदे बाद च 2-4 दिन दे बाद स्लैब थल्ले गिर गई, थल्ले मैं प्लास्टर करांदा हा, उपरों मैं चनाई कीती दी सी, ते उन ओह थल्ले गिर गई मेरे स्लैब, सारा नुकसान जिन्ना भी था मेरा कोई 2-2.5 लाख दा नुकसान हो गया सर। हां जी सर। ਤੁਸ ਕੰਮ ਕੀ ਕਰਦੇ? ਕੰਮ ਜੀ ਦਿਹਾੜੀ ਲਾਉਣਾ ਮੈਂ ਜੀ ਹੁਣ। ਅੱਛਾ ਸੀਮੈਂਟ ਕਿਹੜਾ ਯੂਜ਼ ਕੀਤਾ ਤੁਸੀਂ? ਇਹ ਸਰ ਸੀਮੈਂਟ ਲਾਦਾ ਜੀ ਸਤਿਮ। ਅੱਛਾ ਸਤਿਮ ਸੀਮੈਂਟ ਹਲਾਗਾ। ਹਾਂਜੀ ਇਹ ਵੀ ਦੁਕਾਨ ਕਰ ਕਹਿੰਦੇ ਵੀ। ਤੇ ਜਿਹੜਾ ਮਿਸਤਰੀ ਆ ਤਾਂ ਉਸ ਮਿਸਤਰੀ ਦਾ ਰੇਸ਼ੋ ਕੀ ਲਾਈ ਭਲਾ? ਉਹਨ ਲਾਈ 1:4 ਦੀ। 1:4 ਦੀ। ਹਾਂਜੀ। ਕਿੰਨੇ ਦਿਨਾਂ ਬਾਅਦ ਤੁਸੀਂ ਲੈਂਟਰ ਖੋਲਿਆ ਆਪਣਾ? ਇਹ 23 ਦਿਨ ਦੇ ਬਾਅਦ ਖੋਲਿਆ ਸਰ। ਕੋਈ ਸੀਮੈਂਟ ਖਰਾਬ ਤਾਂ ਨਹੀਂ ਹੈ ਕੋਈ? ਹੁਣ ਇਹਦਾ ਇਹ ਨਿਊਜ਼ ਦੱਸਿਆ ਹੋਣਾ ਜਾਂ ਵੀ ਮਿਸਤਰੀ ਦੱਸਣਾ? ਨਹੀਂ ਅਸੀਂ 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 ਇਹ ਦੱਸਣਾ ਨਹੀਂ ਹੈ ਕਿਉਂਕਿ ਉਹ ਨਿਊਜ਼ ਵਾਲਾ ਦਾ ਕੰਮ ਹੁੰਦਾ ਤੁਹਾਡੀ ਗੱਲ ਹਾਈਲਾਈਟ ਕਰਨੀ। ਹਾਂਜੀ ਹਾਂਜੀ ਠੀਕ ਹੈ। ਕਿੰਨੇ ਦਿਨ ਹੋਏ ਤੁਸੀਂ ਸੀਮੈਂਟ ਲਿੱਤਾ? ਇਹ ਮੈਂ ਲਿੱਤਾ ਸੀ 1 ਮਹੀਨਾ ਕੁ, 23 ਦਿਨਾਂ ਬਾਅਦ ਸੈਟਰੀ ਖੁੱਲ੍ਹੀ ਆਈ, 29 ਦਿਨਾਂ ਬਾਅਦ ਥੱਲੇ ਪਈ ਗਈ, ਮਤਲਬ ਮਹੀਨਾ ਹੋ ਗਿਆ ਮੈਂ ਸੈਟਰੀ ਸੀਮੈਂਟ ਲੈ ਲਿਆ। ਮਹੀਨਾ ਹੋ ਗਿਆ ਸੀਮੈਂਟ ਲਿੱਤਾ? ਹਾਂਜੀ। ਕਿਹਨਾਂ ਲਿੱਤਾ ਸੀਮੈਂਟ? ਇਹ ਮਾਨਲੀ ਦਾ ਲਿੱਤਾ ਮੈਂ, ਉੱਧਰ ਹੈ ਨਾ ਸੁਨਹਿਰੇ, ਇੱਕ ਸੁਨਹਿਰੇ ਦੁਕਾਨਾਂ ਵਾਲਾ ਲਿੱਤਾ। ਅੱਛਾ ਮਾਨਲੀ ਦਾ ਲਿੱਤਾ ਤੁਸੀਂ? ਹਾਂਜੀ। ਹੁਣ ਤੁਹਾਡਾ ਅੱਗੇ ਆਖਣਾ ਕਿ ਗਲਤੀ ਕੋਈ ਹੈ, ਮਿਸਤਰੀ ਦੀ ਗਲਤੀ ਹੈ ਜਾਂ ਸੀਮੈਂਟ ਖਰਾਬ ਆ ਗਿਆ, ਮਿਸਤਰੀ ਨੇ ਦੇਖਿਆ ਉਹ ਸੀਮੈਂਟ ਠੀਕ ਆ? ਸਰ ਹੁਣ ਮਿਸਤਰੀ ਕਹਿੰਦਾ ਸਾਡੀ ਕੋਈ ਗਲਤੀ ਨਹੀਂ, ਅਸੀਂ ਰੇਸ਼ੋ ਪੂਰੀ ਲਾ ਦੀ, ਔਰ ਸੀਮੈਂਟ ਵਾਲੇ ਕੋਲ ਗਏ ਉਹ ਕਹਿੰਦੇ ਸਾਡੇ ਕੋਈ ਕਸੂਰ ਨਹੀਂ ਹੈਗਾ, ਉਹ ਮਿਸਤਰੀ ਗਲਤੀ ਘਟਦੇ ਤੇ ਮਿਸਤਰੀ ਘਟਦਾ ਸੀਮੈਂਟ ਵਾਲੇ ਦੀ। ਹੁਣ ਸਰ ਇਹ ਦੇਖਣਾ ਵੀ ਨੁਕਸਾਨ ਥੋੜਾ ਹੋਇਆ, ਨੁਕਸਾਨ ਮੇਰਾ ਵਾ ਤਾਂ 2-2.5 ਲੱਖ ਦਾ ਨੁਕਸਾਨ ਹੋਇਆ ਸਰ। ਹੁਣ ਇਹਦੇ ਵਿੱਚ ਤੁਸੀਂ ਦੇਖਣਾ ਵੀ ਮੇਰੀ ਗਰੀਬ ਦੀ ਕੋਈ ਮਦਦ ਕੋਈ, ਮੈਂ ਇਹਦਾ ਕਾਰਨ ਮੈਂ ਤੁਹਾਡਾ ਕੋਲ। ਕਿਹੜਾ ਕਿਹੜਾ ਸੀਮੈਂਟ ਆ ਲਾਦਾ ਤੁਸੀਂ? ਇਹ ਸਤਿਮ ਸਰ। ਸਤਿਮ ਜੀ। ਇਹ ਮੇਰੇ ਕਹਿੰਦੇ ਤੁਸੀਂ ਦੇਖੀ ਜਾਂਦੇ ਮਿਸਤਰੀ ਬੋਲਦੇ ਦੁਕਾਨਦਾਰਾਂ ਦੀ ਗਲਤੀ ਹੈ ਤੇ ਦੁਕਾਨਦਾਰ ਬੋਲਦੇ ਮਿਸਤਰੀਆਂ ਦੀ ਗਲਤੀ ਹੈ, ਆਖਿਰਕਾਰ ਗਲਤੀ ਹੈ ਤਾਂ ਹੈ ਕੋਦੀ ਹੈ? ਕਿਉਂਕਿ ਗਰੀਬ ਫੈਮਿਲੀ ਹੈ, 2-2.5 ਲੱਖ ਰੁਪਏ ਇਹਦਾ ਕੋਠੀ ਬਣਾਉਣੇ ਮਕਾਨ ਬਣਾਉਣੇ ਜਿਹੜਾ ਉਹ ਖਰਚਾ ਆਈ ਜਾਂ ਨੁੜਾ ਬਾਅਦ 'ਚ ਖਰਚਾ ਨਾ ਬਾਅਦ 'ਚ, ਅਗਰ ਉਹ 23 ਦਿਨ ਦੇ ਬਾਅਦ ਅਗਰ ਇਹਦੀ ਇੱਕ ਉਹ ਸਲੈਬ ਜਿਹੜੀ ਉਹ ਥੱਲੇ ਪੈਂਦੀ ਹੈ ਤਾਂ ਉਸਦੀ ਜ਼ਿੰਮੇਵਾਰੀ ਕੁਸ ਲੈਣੀ ਹੈ, ਚਾਹੇ ਉਹ ਇਹਨੇ ਸਤਿਮ ਸੀਮੈਂਟ ਹਲਾ ਦਾ। ਤੁਸੀਂ ਪਤਾ ਵੀ ਉਸ ਮਿਸਤਰੀ ਨੇ ਪਤਾ ਕਿ ਸਤਿਮ ਸੀਮੈਂਟ ਕੰਨੇ ਲੈਂਟਰ ਪਾਉਂਦਾ? ਹਾਂਜੀ ਸਰ, ਉਹ ਤਾਂ ਕਹਿੰਦਾ ਵੀ ਲਾਉਂਦੇ, ਮੈਂ ਅਸੀਂ ਅੱਗੇ ਵੀ ਲਾਉਂਦੇ ਆਏ, ਅਸੀਂ ਦੁਕਾਨਦਾਰ ਕਹਿੰਦਾ ਅਸੀਂ ਵੀ ਲਾਉਂਦੇ, ਮੈਂ 100-100 ਸੈਕੜੇ ਸਲੈਬ ਪਾਈ, ਮੈਂ ਕਿਹਾ ਮੇਰੀ 2 ਸੈਕੜੇ ਸਲੈਬ ਪਾਉਣੇ, 2 ਸੈਕੜੇ ਸਲੈਬ ਮੇਰੀ ਕਿਵੇਂ ਗਿਰੀ ਥੱਲੇ? ਮੈਂ ਤਾਂ ਇੱਕ ਗਰੀਬ ਬੰਦਾ, ਇੱਕ ਪੈਸੇ ਚੁੱਕੀ ਲਾਇਆ ਸੀ ਦਿਹਾੜੀ ਲਾਉਣ ਵਾਲੇ ਬੰਦੇ ਆ, ਹੁਣ ਸਾਡੇ ਕੰਨੇ ਇਹ ਹਾਸਾ ਹੋਇਆ, ਮੈਂ ਇਸ ਲਈ ਮੈਂ ਮਜਬੂਰ ਹੋਈ ਹੈ, ਮੈਂ ਮਜਬੂਰ ਹੋ ਗਿਆ ਮੀਡੀਆ ਕੋਲ, ਮੈਂ ਕਿਹਾ ਵੀ ਚਲੋ ਹੋਰ ਹੱਲ ਕੋਈ ਨਹੀਂ ਹੁੰਦਾ, ਮੀਡੀਆ ਕੋਲ ਜਾਣਾ ਵੀ ਕੋਈ ਹੱਲ ਕੱਢੇ ਮੇਰਾ, ਥੋੜ੍ਹੀ ਬਹੁਤ ਮਦਦ ਕਰੇ ਮੇਰੀ। ਹਾਂਜੀ ਸਰ, ਤੁਹਾਡੀ ਮਦਦ ਇਹ ਹੈ ਹੁਣ ਇਹੀ ਹੈਗਾ ਕਿ ਤੁਹਾਡੀ ਗੱਲ ਪੂਰੀ ਹਾਈਲਾਈਟ ਹੋਆ ਦੀ ਇਸ ਵੇਲੇ, ਪੂਰੀ ਜਨਤਾ ਵੀ ਸੁਣਾ ਦੀ ਹੈ, ਜ਼ਰੂਰ ਸਤਿਮ ਜਿਹੜੀ ਉਹ ਸੀਮੈਂਟ ਵਾਲੀ ਜਿਹੜੀ ਉਹ ਕੰਪਨੀ ਹੈ ਜਾਂ ਫੈਕਟਰੀ ਹੈ ਉਹਦੇ ਮੈਨੇਜਰ ਤੱਕ ਵੀ ਔਰ ਉਹਦੇ ਸੀਈਓ ਤੱਕ ਵੀ ਗੱਲ ਔਰ ਉਹਦੇ ਕਰਮਚਾਰੀ ਸੁਪਰਵਾਈਜ਼ਰ ਤੱਕ ਵੀ ਕੰਮ ਚੱਲ ਰਿਹਾ, ਮਿਲਾਵਟ ਤਾਂ ਨਹੀਂ ਸੀਮੈਂਟ ਜਾਂ ਸੈੱਟ ਨਹੀਂ ਹੈ ਕੋਈ ਸੀਮੈਂਟ ਦੇ ਟੁੱਕਰ ਬਣਨੇ ਹੋਣ ਤੇ ਬਾਅਦ ਵੇਲੇ ਭੋਰੀ ਭਰੀ ਲਾਇਆ ਵਾ ਤੁਸੀਂ? ਸਰ ਕੋਈ ਨਹੀਂ ਆ, ਮੈਂ ਨਵੀਂ ਗੁੱਥੀਆਂ ਲਾ ਦੀਆਂ, 37 ਗੁੱਥੀਆਂ ਵੀ 47 10 1 ਦਾ 37 1 47 ਗੁੱਥੀਆਂ ਵੀ ਉਹਨੇ ਦਿੱਤੀਆਂ ਦੀਆਂ ਲਿਖ ਗਿਆ ਮੇਰੇ ਕੋਲ ਬਿੱਲ ਵੇਦਾ ਉਹਦੇ ਕੋਲ। ਹਾਂਜੀ ਸਰ, ਚਲੋ ਕੋਈ ਨਹੀਂ, ਹੁਣ ਦੇਖਣ ਵਾਲੀ ਇਹ ਗੱਲ ਹੈ ਕਿ ਸਤਿਮ ਸੀਮੈਂਟ ਦੇ ਜਿਹੜੇ ਫੈਕਟਰੀ ਵਾਲੇ ਨੇ ਉਹ ਕਿੰਨਾ ਜਲਦੀ ਇਸ ਉੱਪਰ ਕਾਰਵਾਈ ਕਰਦੇ ਨੇ ਕਿੰਨਾ ਨਹੀਂ ਕਰਦੇ ਨੇ। ਫਿਰ ਵੀ ਮੈਂ ਰਿਕੁਐਸਟ ਕਰਨਾ ਲੇਬਰ ਕੋਰਟ ਵਾਲਾ ਅੱਗੇ ਆ ਗਿਆ ਕਿ ਅਗਰ ਇਹਨੇ ਜ਼ਿਮੀਦਾਰੀ ਜਾਂ ਇਹਨੇ ਜਿਹੜੇ ਗ੍ਰਾਮੀਣ ਲੋਕ ਨੇ ਅਗਰ ਗਲਤੀ ਹੈ ਤਾਂ ਹੈ ਕੋਦੀ ਹੈ, ਕਿਉਂਕਿ ਇਹਨੇ ਧੜੀਆਂ ਲਾਈਏ ਇੱਕ ਆਪਣੀਆਂ ਉਹ ਕੋਠੀ ਬਣਾਈ ਰਹਿਮ ਬਸੇਰਾ ਬਣਾਇਆ, ਲੇਕਿਨ ਬਸਾਨ ਹਾ ਬਾਅਦ 'ਚ 23 ਦਿਨਾਂ ਬਾਅਦ ਅਗਰ ਉਹ ਲੈਂਟਰ ਥੱਲੇ ਪਈ ਹੈ ਤਾਂ ਵੀ ਉਹ ਜਾਂ ਤਾਂ ਮਿਸਤਰੀ ਦੀ ਗਲਤੀ ਹੈ ਅਤੇ ਜਾਂ ਫਿਰ ਉਹ ਦੁਕਾਨਦਾਰ ਦੀ ਗਲਤੀ ਹੈ, ਉਹਨੂੰ ਗਲਤੀ ਕਿਸੇ ਨਾ ਕਿਸੇ ਦੀ ਆ ਕੇ, ਲੇਕਿਨ ਇਹਨੇ ਬੰਦੇ ਜਗ੍ਹਾ 2-2 ਲੱਖ ਰੁਪਏ ਦਾ ਨੁਕਸਾਨ ਜ਼ਰੂਰ। ਘਰ ਕਿਹੜੀ ਜਗ੍ਹਾ ਦੱਸੇ ਤੁਸੀਂ ਆਪਣੇ? ਇਹ ਤੁਹਾਨੂੰ ਪਰੋਲ ਸਰ। ਤੁਹਾਨੂੰ ਪਰੋਲ? ਹਾਂਜੀ ਸਰ। ਕਿਹੜੀ ਪੰਚਾਇਤ ਕਿਹੜੀ ਹੈ ਤੁਹਾਡੀ? ਤੁਹਾਨੂੰ ਪਰੋਲ ਗਿਆ? ਤੁਹਾਨੂੰ ਪਰੋਲ ਗਿਆ ਸਰ। ਵਾਰਡ ਨੰਬਰ ਕਿੰਨਾ ਤੁਹਾਡਾ? ਇਹ 5 ਗਾ। ਵਾਰਡ ਨੰਬਰ 5? ਹਾਂਜੀ। ਬਲਾਕ ਕੋਈ ਹੈ ਤੁਹਾਡਾ ਭਲਾ? ਬਲਾਕ ਸਾਡਾ ਹੈ ਕੋਗ। ਕੋਗ? ਹਾਂਜੀ ਠੀਕ। ਬਲਾਕ ਮਾਨਲੀ ਹੈ, ਕੋਗ ਨਹੀਂ ਹੁੰਦਾ? ਕੋਗ ਮਾਨਲੀ ਹੈ। ਕੋਗ ਮਾਨਲੀ, ਚਲੋ ਠੀਕ ਹੈ, ਕੋਈ ਗੱਲ ਨਹੀਂ। ਤੁਹਾਡੀ ਗੱਲ ਪੂਰੀ ਐਡਮਿਨਿਸਟ੍ਰੇਸ਼ਨ ਨੂੰ ਸੁਣਾ ਦੀ ਹੈ, ਹੁਣ ਦੇਖਣਾ ਹੈ ਅੱਗੇ। ਮੈਂ ਰਿਕੁਐਸਟ ਕਰਨਾ ਡੀਸੀ ਸਾਹਿਬ ਕਠੂਆ ਅੱਗੇ ਕਿ ਅਗਰ ਇਹਦੀ ਫੈਕਟਰੀ ਜਿਹੜੀ ਆ ਉਹ ਅਟਲੀ ਮੋੜ ਹੈ, SSP ਕਠੂਆ ਅੱਗੇ ਵੀ ਰਿਕੁਐਸਟ ਕਰਨਾ ਇਹਦੀ ਫੈਕਟਰੀ ਜਿਹੜੀ ਉਹ ਅਟਲੀ ਮੋੜ ਹੈ, ਅਤੇ ਅਗਰ ਇਹਨੇ ਲੋਕਾਂ ਦੀ ਅਗਰ ਆਵਾਜ਼ ਅਗਰ ਡਿਸਟ੍ਰਿਕਟ ਦੀ ਐਡਮਿਨਿਸਟ੍ਰੇਸ਼ਨ ਕਰ ਪੂਜਾ ਦੀ ਤਾਂ ਕਮ ਸੇ ਕਮ ਇਹਦੀ ਹੈਲਪ ਕਰਨ ਵਾਸਤੇ ਜ਼ਰੂਰ ਕੋਈ ਨਾ ਕੋਈ ਕਦਮ ਚੁੱਕਣਾ। ਅਸੀਂ ਦੇਖਣਾ ਹੈ ਕਿ ਇਹ ਕਦਮ ਅਸੀਂ 5 ਦਿਨ ਦੇ ਬਾਅਦ ਅਸੀਂ ਫਿਰ ਇਹਨੇ ਲੋਕਾਂ ਦੀ ਕਿ ਉਹ ਕਵਰੇਜ ਕਰਨੀ ਹੈ ਕਿ ਦੇਖਣਾ
इस जेका उपर किन्ने जल्दी एक्शन होंदा। अच्छा, वो वीडियो भी दस्सने न कि जेकी है वीडियो इंदे जेके कोठिये दे जेड़े ओह टुटदे न, भज्जी दी आ बिल्कुल कोठी गरीब लोकें दी। मैं जनता को रिक्वेस्ट करना कि इस वीडियो की ज्यादा कोला ज्यादा शेयर करना, और जिन्हें भी जिंदी भी गलती है तो कम से कम उनके ऊपर कड़ी कोला कड़ी कार्रवाई जरूर होनी। Продолжение следует...